ਇੱਕ ਤੇਜ਼ ਰਫ਼ਤਾਰ ਬੱਸ ਦਾ ਕਹਿਰ ਦੇਖਣ ਨੂੰ ਮਿਲਿਆ ਜਿਸਨੇ ਕਿ ਪੈਦਲ ਜਾ ਰਹੇ ਤਿੰਨ ਲੋਕਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਤਿੰਨ ਜੋ ਪੈਦਲ ਜਾ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਔਰਤ ਵੀ ਸ਼ਾਮਲ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਕਿਸੇ ਕੰਮ ਤੋਂ ਜਾ ਰਹੇ ਸੀ, ਪਰ ਰਸਤੇ ਦੇ ਵਿੱਚ ਹੀ ਦੱਸਿਆ ਜਾ ਰਿਹਾ ਕਿ ਇੱਕ ਪਿੱਛੋਂ ਤੋਂ ਆ ਰਹੀ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਦੇ ਵੱਲੋਂ ਟੱਕਰ ਮਾਰ ਦਿੱਤੀ, ਇਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਕੁਚਲ ਕੇ ਰੱਖ ਦਿੱਤਾ। ਜਦੋਂ ਇਹਨਾਂ ਦੇ ਵਿੱਚੋਂ ਤਿੰਨਾਂ ਨੂੰ ਹੀ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਤਾਂ ਇੱਕ ਵਿਅਕਤੀ ਦੀ ਉੱਥੇ ਦਰਦਨਾਕ ਮੌਤ ਹੋ ਗਈ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਸੜਕ ਦੇ ਉੱਤੇ ਹੀ ਧਰਨਾ ਲਗਾ ਦਿੱਤਾ ਗਿਆ ਅਤੇ ਜਲਦ ਤੋਂ ਜਲਦ ਮੁਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਜੋ ਬੱਸ ਦਾ ਚਾਲਕ ਹੈ ਉਹ ਫਰਾਰ ਦੱਸਿਆ ਜਾ ਰਿਹਾ। ਤਾਂ ਅੱਜ ਸਵੇਰੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਟਾਂਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਬੱਸ ਨੇ ਪੈਦਲ ਜਾ ਰਹੇ ਤਿੰਨ ਲੋਕਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਹੈ ਜਿਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਆਏ ਦਿਨ ਰੋਜ਼ ਇੱਕ ਨਾ ਇੱਕ ਹਾਦਸਾ ਜ਼ਰੂਰ ਵਾਪਰਦਾ, ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ, ਪਰ ਪ੍ਰਸ਼ਾਸਨ ਦੇ ਵੱਲੋਂ ਇੱਥੇ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਪਿੰਡ ਦੇ ਲੋਕਾਂ ਦੇ ਵੱਲੋਂ ਜਦੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਦੱਸਿਆ ਕਿ ਅਕਸਰ ਹੀ ਇੱਥੋਂ ਕਾਫੀ ਤੇਜ਼ ਗਤੀ ਦੇ ਉੱਤੇ ਬੱਸਾਂ ਅਤੇ ਟਰੱਕ ਨਿਕਲਦੇ ਨੇ ਜਿਸ ਦੇ ਕਾਰਨ ਇੱਥੇ ਆਏ ਦਿਨ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਿਆ ਹੀ ਰਹਿੰਦਾ ਅਤੇ ਹੁਣ ਇਹ ਵੀ ਇੱਕ ਵੱਡਾ ਹਾਦਸਾ ਵਾਪਰਿਆ। ਲੋੜ ਹੈ ਕਿ ਪ੍ਰਸ਼ਾਸਨ ਇਸ ਦੇ ਵੱਲ ਧਿਆਨ ਦੇਵੇ ਅਤੇ ਕੋਈ ਨਾ ਕੋਈ ਢੁਕਵਾਂ ਪ੍ਰਬੰਧ ਇੱਥੇ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਆਪਣੇ ਪਿੰਡ ਤੋਂ ਆਏ ਹੈਗੇ ਜੀ, ਗਾਨਾ ਸਾਹਿਬ ਅੱਡੇ ਦੇ ਉਤਰ ਕੇ ਮਤਲਬ ਕਿ ਪਿੰਡ ਨੂੰ ਜਾ ਰਹੇ ਹੈਗੇ ਜੀ, ਆਪਣੇ ਵਿਧਵਾ ਪੈਨਸ਼ਨ ਲੈਣ ਦੇ ਆਧਾਰ ਕਾਰਡ ਅਪਡੇਟ ਕਰਾਉਣ ਵਾਸਤੇ ਜੀ। ਕੀ ਹੋਇਆ ਰਸਤੇ 'ਚ, ਐਕਸੀਡੈਂਟ ਕਿਸ ਤਰ੍ਹਾਂ ਹੋਇਆ? ਰਸਤੇ ਵਿੱਚ ਆ ਰਹੇ ਸੀ ਪੈਦਲ ਅਤੇ ਬੱਸ ਵੱਜੀ ਆ ਜੀ ਬੜੀ, ਉਹ ਨਾ ਜਿਹੜੀ ਆਪਣੇ ਪਠਾਨਕੋਟ ਤੋਂ ਲੁਧਿਆਣਾ ਜਾ ਰਹੇ ਸੀ ਜੀ, ਰਾਜਧਾਨੀ ਬੱਸ ਆ ਜੀ। ਜਿਹਦੀ ਮੌਤ ਹੈਗਾ ਜੀ ਤੁਹਾਨੂੰ ਦੱਸ ਦਿੰਦਾ ਜੀ ਨੰਬਰ ਇਹਦਾ। ਜਿਹਦੀ ਮੌਤ ਹੋਈ ਆ ਉਹ ਕੌਣ ਆ, ਕੀ ਨਾਮ ਉਹਨਾਂ ਦਾ? ਇਹਦਾ ਨਾਮ ਕਾਲੂ ਸਿੰਘ ਆ ਜੀ, ਜਿਹਦੀ ਮੌਤ ਹੋਈ ਆ ਜੀ। ਅਤੇ ਬਾਕੀ ਜ਼ਖਮੀ ਕਿੰਨੇ ਆ? ਦੋ ਜਣੇ ਜ਼ਖਮੀ ਆ ਜੀ ਇਹਦੇ ਵਿੱਚ। ਇੱਕੋ ਪਰਿਵਾਰ ਦੇ ਆ ਸਰ? ਇੱਕੋ ਪਰਿਵਾਰ ਦੇ ਆ ਜੀ, ਹਾਂਜੀ। ਅਤੇ ਕੀ ਤੁਸੀਂ ਮੰਗ ਕੀ ਕਰਦੇ ਹੋ ਪੁਲਿਸ ਤੋਂ ਹੁਣ? ਅਸੀਂ ਇਨਸਾਫ਼ ਚਾਹੁੰਦੇ ਹਾਂ ਜੀ, ਹੁਣ ਜੋ ਵੀ ਸਰਕਾਰ ਤੋਂ ਇਨਸਾਫ਼ ਚਾਹੀਦਾ ਜੀ। ਇੱਕ ਬੱਚੇ ਦੀ ਡੈਥ ਹੋ ਗਈ ਹੈ ਜੀ, ਦੋ ਬਿਲਕੁਲ ਸੀਰੀਅਸ, ਉਹਨਾਂ ਦਾ ਕੋਈ ਪਤਾ ਨਹੀਂ ਬਚਣ ਨਾ ਬਚਣ, ਠੀਕ ਹੈ ਜੀ। ਸਾਨੂੰ ਪੂਰਾ ਇਨਸਾਫ਼ ਚਾਹੀਦਾ ਜੀ, ਜੋ ਵੀ ਇੱਥੇ ਡਰਾਈਵਰ ਆ ਇਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ, ਦੋਨੇ ਡਰਾਈਵਰ ਅਤੇ ਕੰਡਕਟਰ ਭੱਜ ਗਏ ਆ ਜੀ, ਠੀਕ ਹੈ ਜੀ। ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਨੂੰ ਇਨਸਾਫ਼ ਚਾਹੀਦਾ ਜੀ, ਠੀਕ ਹੈ ਜੀ। ਸਾਡੀ ਜੀ ਜੀ ਸਰਕਾਰ ਤੋਂ ਮੰਗ ਆ ਜੀ। ਅੱਜ ਸਵੇਰੇ ਹੁਣੇ ਹੁਣੇ ਸਾਡੇ ਕੋਲ ਤਿੰਨ ਪੇਸ਼ੈਂਟ ਐਕਸੀਡੈਂਟ ਦੇ ਨਾਲ ਆਏ ਨੇ, ਜਿਨ੍ਹਾਂ 'ਚੋਂ ਇੱਕ ਪੇਸ਼ੈਂਟ ਬਰੋਡ ਡੈਡ ਹੈ ਅਤੇ ਦੋ ਪੇਸ਼ੈਂਟ, ਇੱਕ ਲੇਡੀ ਇੱਕ ਉਹਨਾਂ ਦਾ ਮੁੰਡਾ, ਇਹ ਦੋਨੇ ਸੀਰੀਅਸ ਕੰਡੀਸ਼ਨ ਦੇ ਵਿੱਚ ਹੈਗੇ ਆ, ਦੋਨਾਂ ਦੇ ਸਿਰ ਦੇ ਵਿੱਚ ਸੱਟ ਹੈਗੀ ਹੈ ਸਰ, ਕੰਡੀਸ਼ਨ ਉਹਨਾਂ ਦੀ ਸੀਰੀਅਸ ਹੈ। ਇਸ ਤੋਂ ਇਲਾਵਾ ਵੀ ਹੋਰ ਵੀ ਕੋਈ ਪੇਸ਼ੈਂਟ ਆਇਆ ਕਿ? ਹੋਰ ਕੋਈ ਹਜੇ ਫਿਲਹਾਲ ਪੇਸ਼ੈਂਟ ਨਹੀਂ ਹੈ ਸੁਣਨ ਤੋਂ, ਜਾਂ ਜਿਹੜੇ ਲੈ ਕੇ ਆਏ 108 ਉਹ ਇਹੀ ਕਹਿ ਰਹੇ ਵੀ ਤਿੰਨ ਜਣੇ ਸੀਗੇ।